ਔਰ ਸੁਣੀਏ ਮਨਮੋਹਨ 바ਵਾ ਦਾ ਸਫਰਨਾਮਾ 20000 ਮੀਲ ਲੰਮੀ ਦੇਸ਼ ਕਾਲ ਯਾਤਰਾ ਕਾਂਡ 1 ਤਿਆਰੀ ਬੰਬਈ ਤੋਂ ਬਸਰਾ ਲਈ ਤੁਰੇ ਇਹ ਸਮੁੰਦਰੀ ਜਹਾਜ਼ 'ਚ ਯਾਤਰਾ ਕਰਦਿਆਂ ਇਹ ਮੇਰਾ 12ਵਾਂ ਦਿਨ ਹੈ ਬੰਬਈ, ਕਰਾਚੀ ਅਤੇ ਰਸਤੇ ਦੀਆਂ ਹੋਰ ਬੰਦਰਗਾਹਾਂ ਤੋਂ ਛੜੇ 3000 ਯਾਤਰੀਆਂ 'ਚੋਂ ਤਕਰੀਬਨ ਸਾਰੇ ਯਾਤਰੀ ਰਸਤੇ 'ਚ ਆਉਂਦੀਆਂ ਉਮਾਨ, ਆਬੂ <table> ਤਾਬੀ, ਦੁਬਈ ਅਤੇ ਕੁਵੈਤ ਵਗੈਰਾ ਦੀਆਂ ਬੰਦਰਗਾਹਾਂ ਤੇ ਉਤਰਦੇ ਗਏ ਹਨ। ਹੁਣ ਜਹਾਜ਼ 'ਚ ਬਸਰਾ ਆਖਰੀ ਬੰਦਰਗਾਹ ਤੇ ਉਤਰਨ ਵਾਲੇ 40-50 ਮੁਸਾਫਰ ਰਹਿ ਗਏ ਹਨ। ਜਿੱਥੇ ਹਰ ਰਾਤ ਢੋਲ ਖੰਜੀਰੇ ਵੱਜਦੇ, ਅਰਬੀ, ইরਾਨੀ, ਅਫਗਾਨੀ ਤੇ ਪਾਕਿਸਤਾਨੀ ਨੱਚਦੇ ਗਾਉਂਦੇ, ਕਹਿ ਕਹਿ ਛੱਡਦੇ ਸਨ। ਉਥੇ ਮੈਂ ਰਾਤ ਦੇ ਹਨੇਰੇ 'ਚ ਕਲਮ ਕੱਲਾ ਖੜਾ ਹਾਂ। ਹਨੇਰੇ 'ਚ ਲਹਿਰਾਂ ਦੇ ਜਹਾਜ਼ ਨਾਲ ਟਕਰਾਉਣ ਦੀ ਆਵਾਜ਼ ਤਾਂ ਕੰਨੀ ਪੈ ਰਹੀ ਹੈ ਪਰ ਲਹਿਰਾਂ ਨਹੀਂ ਦਿਖ ਰਹੀਆਂ ਇਹ ਆਵਾਜ਼ ਮੈਨੂੰ ਕੁਝ ਸੁਪਨਮਈ ਅਤੇ ਉਦਾਸੀ ਭਰੀ ਲੱਗ ਰਹੀ ਹੈ ਹੁਣ ਉਤਸੁਕਤਾ ਹੈ ਬਸਰਾ ਦੀ ਬੰਦਰਗਾਹ ਤੇ ਉਤਰ ਕੇ ਆਪਣੀ ਵੈਨ ਦੁਆਰਾ ਲੰਡਨ ਤੱਕ ਦੀ ਆਪਣੀ ਭਾਵੀ ਯਾਤਰਾ ਸ਼ੁਰੂ ਕਰਨ ਦੀ ਇਸ ਯਾਤਰਾ ਦੇ ਮੈਂ ਪਿਛਲੇ 5-6 ਵਰਿਆਂ ਤੋਂ ਸੁਪਨੇ ਲੈਂਦਾ ਰਿਹਾ ਹਾਂ ਆਪਣੀ ਕਲਪਨਾ 'ਚ ਉਹਨਾਂ ਕਾਰਵਾਨਾਂ ਦੇ ਰਸਤਿਆਂ ਤੋਂ ਲੰਘਣ ਦੀ ਜਿਨ੍ਹਾਂ ਤੇ ਸਦੀਆਂ ਤੋਂ ਊਠਾਂ ਘੋੜਿਆਂ ਤੇ ਲੱਦੇ ਸਮਾਨ ਲੈ ਕੇ ਵਪਾਰੀਆਂ ਦੇ ਸਮੂਹ ਲੰਘਦੇ ਰਹੇ ਹਨ ਲੰਘਦੇ ਗਏ ਹਨ ਪਿਛਲੇ 5000 ਵਰਿਆਂ ਤੋਂ ਮੈਸੋਪੋਟਾਮੀਆ ਯਹੂਦੀਆਂ ਯੂਨਾਨੀਆਂ ਰੋਮਨਾਂ ਦੇ ਪ੍ਰਾਚੀਨ ਸ਼ਹਿਰਾਂ ਸਭਿਆਤਾਵਾਂ ਚੋਂ ਹੁੰਦੇ ਹੋਏ ਜਿਨ੍ਹਾਂ ਰਸਤਿਆਂ ਦੀ ਮਿੱਟੀ ਨੂੰ ਜੂਲੀਅਸ ਸੀਜ਼ਰ ਸਿਕੰਦਰ ਤੇ Hazrat Muhammad ਦੀਆਂ ਇਸਲਾਮੀ ਫੌਜਾਂ ਨੇ ਆਪਣੇ ਪੈਰਾਂ ਨਾਲ ਲਟਾੜਿਆ ਕਿ ਮੇਰੇ ਲਈ ਵੀ ਹੁਣ ਸੱਚਮੁੱਚ ਬਗਦਾਦ ਯਰੂਸ਼ਲਮ ਦਮਸਕਸ ਬੇਰੂਤ ਇਸਤਾਨਬੁਲ ਬੁਲਗਾਰੀਆ ਅਤੇ ਫਿਰ ਯੂਰਪੀ ਦੇਸ਼ਾਂ ਸ਼ਹਿਰਾਂ ਨੂੰ ਵੇਖਣਾ ਸੰਭਵ ਹੋ ਸਕੇਗਾ ਮੈਨੂੰ ਹਾਲੇ ਵੀ ਇਹ ਸਭ ਕੁਝ ਸੁਪਨਾ ਹੀ ਲੱਗ ਰਿਹਾ ਹੈ ਹਰ ਇਨਸਾਨ ਸੁਪਨੇ ਲੈਂਦਾ ਹੈ ਸੁਪਨਿਆਂ ਬਿਨਾ ਤਾਂ ਮਨੁੱਖ ਦਾ ਜੀਵਨ ਹੀ ਨੀਰਸ ਹੋ ਜਾਵੇ ਆਮ ਲੋਕ ਜ਼ਿਆਦਾਤਰ ਸੁਪਨੇ ਵੇਖਦੇ ਹਨ ਬਹੁਤਾ ਸਾਰਾ ਧਨ ਕਮਾਉਣ ਦੇ ਉੱਚੀਆਂ ਪਦਵੀਆਂ ਉੱਚੀਆਂ ਹਵੇਲੀਆਂ ਵੱਡੀਆਂ ਕਾਰਾਂ ਕਿਸੇ ਖੂਬਸੂਰਤ ਔਰਤ ਨਾਲ ਪ੍ਰੇਮ ਜਾਵਿਆ ਕਰਵਾਉਣ ਦੇ ਜਾਂ ਫਿਰ ਪ੍ਰਸਿੱਧੀਆਂ ਪ੍ਰਾਪਤ ਕਰਨ ਦੇ ਜਦੋਂ ਕਦੇ ਮੈਂ ਦਿੱਲੀ ਦੇ ਇੱਕ ਨਾਟ ਪਲੇਸ 'ਚ ਫਰੰਗੀ ਮੁੰਡੇ ਕੁੜੀਆਂ ਨੂੰ ਪਿੱਠ ਤੇ ਪਿੱਠੂ ਰੁਕ ਸੈਕ ਚੁੱਕੀ ਕੋਮਦਿਆਂ ਫਿਰਦਿਆਂ ਵੇਖਤਾ ਜੋ ਉਨੇ ਦਿਨੀ ਇੰਗਲੈਂਡ ਜਰਮਨੀ ਫਰਾਂਸ ਆਦਿ ਦੇਸ਼ਾਂ ਤੋਂ ਤੁਰਕੀ ਇਰਾਨ ਅਫਗਾਨਿਸਤਾਨ ਪਾਕਿਸਤਾਨ ਹੁੰਦਿਆਂ ਹੋਇਆਂ ਸੜਕ ਦੇ ਰਸਤੇ ਭਾਰਤ ਆਏ ਸਨ ਤਾਂ ਮੇਰੇ ਮਨ 'ਚ ਵੀ ਕੁਝ ਇਸੇ ਤਰ੍ਹਾਂ ਦੀਆਂ ਯਾਤਰਾਵਾਂ ਕਰਨ ਦੀ ਇੱਛਾ ਜਨਮ ਲੈ ਉੱਠਦੀ ਗੁਰੂ ਨਾਨਕ ਮਾਰਕੋ ਪੋਲੋ ਰਾਹੁਲ ਸੰਕ੍ਰਤਾਇਣ ਵਰਗੇ ਪ੍ਰਸਿੱਧ ਯਾਤਰੀਆਂ ਦੇ ਯਾਤਰਾ ਸੰਸਮਰਨ ਪੜਦਿਆਂ ਮਨ ਪ੍ਰੇਰਿਤ ਹੁੰਦਾ ਰਹਿੰਦਾ ਇੱਛਾਵਾਂ ਦਾ ਹੋਣਾ ਜਾਂ ਪ੍ਰੇਰਿਤ ਹੋਣਾ ਹੋਰ ਗੱਲ ਹੁੰਦੀ ਹੈ ਅਤੇ ਕਿਸੇ ਇੱਛਾ ਨੂੰ ਵਸਤਵਿਕਤਾ 'ਚ ਢਾਲਣਾ ਹੋਰ ਗੱਲ ਜਦ ਕੇ ਨਾ ਮੇਰੇ ਕੋਲ ਕੋਈ ਬੈਂਕ ਬੈਲੈਂਸ ਨਾ ਜੇਬ 'ਚ ਪੈਸਾ ਇੱਕ ਗੱਲ ਬਿਲਕੁਲ ਸਾਫ਼ ਸੀ ਕਿ ਮੈਂ ਬਾਕੀ ਦੇ ਭਾਰਤੀਆਂ ਪੰਜਾਬੀਆਂ ਵਾਂਗ ਲੰਡਨ ਪਹੁੰਚ ਕੇ ਉੱਥੇ ਹੀ ਨਹੀਂ ਸੀ ਰਹਿ ਜਾਣਾ ਤੇ ਨਾ ਹੀ ਉੱਥੇ ਕੋਈ ਨੌਕਰੀ ਲੱਭਣੀ ਸੀ ਦਿੱਲੀ 'ਚ ਗੁਜ਼ਾਰੇ ਲਾਇਕ ਮੇਰੇ ਕੋਲ ਨੌਕਰੀ ਸੀ ਸਿਰਫ ਧਨ ਕਮਾਉਣ ਲਈ ਆਪਣੇ ਆਪ ਨੂੰ ਦੇਸ਼ ਨਿਕਾਲਾ ਦੇਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਕਹਿੰਦੇ ਹਨ ਕਿ ਜਿੱਥੇ ਤੀਬਰ ਇੱਛਾ ਹੋਵੇ ਲਗਨ ਹੋਵੇ ਤਾਂ ਰਸਤੇ ਵੀ ਆਪਣੇ ਆਪ ਖੁੱਲਦੇ ਜਾਂਦੇ ਹਨ ਇਸ ਦਾ ਭਾਵ ਇਹ ਨਹੀਂ ਕਿ ਕੋਈ ਅਫਸਰ ਤੁਹਾਡੇ ਘਰ ਬੈਠਿਆ ਤੁਹਾਡੇ ਸਾਹਮਣੇ ਆ ਕੇ ਉਪਸਥਿਤ ਹੋਵੇਗਾ ਉਂਝ ਕਦੀ ਕਦੀ ਇਦਾਂ ਵੀ ਵਾਪਰਦਾ ਹੈ ਤੀਬਰ ਇੱਛਾ ਅਤੇ ਲਗਨ ਦੇ ਨਾਲ ਨਾਲ ਕੋਸ਼ਿਸ਼ ਕਰਦੇ ਰਹਿਣਾ ਵੀ ਜ਼ਰੂਰੀ ਹੈ ਮੇਰੇ ਨਾਲ ਵਾਪਰਿਆ ਇਹ ਕਿ ਮੈਨੂੰ ਪਤਾ ਲੱਗਾ ਕਿ ਭਾਰਤ 'ਚ ਇੱਕ ਇਸ ਤਰ੍ਹਾਂ ਦੀ ਸੰਸਥਾ ਬਣੀ ਹੈ ਕਿ ਜੇ ਕੋਈ ਉਸ ਦਾ ਮੈਂਬਰ ਬਣ ਜਾਏ ਤਾਂ ਸਹਿਰ ਸਪਾਟੇ ਦੇ ਕੁਝ ਸਸਤੇ ਸਾਧਨ ਪ੍ਰਾਪਤ ਹੋ ਜਾਂਦੇ ਹਨ ਉਸ ਵੇਲੇ ਉਸ ਸੰਸਥਾ ਦਾ ਨਾਂ ਯੂਥ ਹੋਸਟਲ ਐਸੋਸੀਏਸ਼ਨ ਸੀ ਉਸ ਦਾ ਦਫਤਰ ਕুতਬ ਮিনার ਦੁਆਲੇ ਇੱਕ ਖੰਡਰ ਜਾਈਚ ਸੀ ਜੂਨ ਮਹੀਨੇ ਦੇ ਇੱਕ ਦਿਨ ਮੈਂ ਲੱਭਦਿਆਂ ਲੱਭਦਿਆਂ ਉਸ ਖੰਡਰ ਤੱਕ ਪਹੁੰਚ ਜਾਂਦਾ ਹਾਂ ਇਹ ਖੰਡਰ ਮੁਗਲਾ ਸਮੇਂ ਕਿਸੇ ਅਮੀਰ ਉਮਰਾਂ ਦੀ ਬਾਰਾਂਦਰੀ ਹੋਇਆ ਕਰਦਾ ਸੀ। ਉੱਥੇ ਪਹੁੰਚ ਕੇ ਮੈਂ ਇਸ ਸੰਸਥਾ ਦੇ ਸੈਕਟਰੀ ਨੂੰ ਮਿਲਿਆ। ਉਸਨੇ ਦੱਸਿਆ ਕਿ ਇਹ ਇੱਕ ਇੰਟਰਨੈਸ਼ਨਲ ਅੰਤਰਰਾਸ਼ਟਰੀ ਸੰਸਥਾ ਹੈ। ਇਸ ਸੰਸਥਾ ਨੇ ਉਹਨਾਂ ਸੈਲਾਨੀਆਂ ਲਈ ਜੋ ਵੱਖ-ਵੱਖ ਦੇਸ਼ਾਂ ਦੀ ਸੈਰ ਕਰਨਾ ਚਾਹੁੰਦੇ ਹਨ ਅਤੇ ਜਿਨ੍ਹਾਂ ਕੋਲ ਬਹੁਤਾ ਪੈਸਾ ਖਰਚਣ ਦੀ ਵੀ ਹਿੰਮਤ ਨਹੀਂ, ਉਹਨਾਂ ਲਈ ਹੋਸਟਲ ਬਣਾਏ ਹੋਏ ਹਨ। ਏ ਹੋਸਟਲ ਯੂਰਪ ਦੇ ਬਾਅਦ ਸਾਰੇ ਦੇਸ਼ਾਂ ਦੇ ਨਾਲ-ਨਾਲ ਤੁਰਕੀ ਮਿਸਰ ਜਾਪਾਨ ਆਦਿ ਵਿੱਚ ਵੀ ਹਨ ਭਾਰਤ ਚ ਇਸ ਦਾ سلسلہ ਹਾਲੇ ਉਸੇ ਸਾਲ ਸ਼ੁਰੂ ਹੋਇਆ ਸੀ ਮੈਂ ਇਸ ਸੰਸਥਾ ਦਾ ਮੈਂਬਰ ਬਣ ਗਿਆ ਅਤੇ ਉਤਸ਼ਾਹ ਨਾਲ ਇਸ ਦੀਆਂ ਸਰਗਰਮੀਆਂ ਚ ਹਿੱਸਾ ਲੈਂਦਾ ਰਿਹਾ ਇਸ ਸੰਸਥਾ ਦੁਆਰਾ ਆਪਣੇ ਵਰਗੇ ਸੈਲਾਨੀ ਬਿਰਤੀ ਵਾਲਿਆਂ ਨਾਲ ਸੰਪਰਕ ਮਿੱਤਰਤਾ ਵੀ ਬਣੀ ਜਦੋਂ ਕੋਈ ਇੰਗਲੈਂਡ ਜਰਮਨੀ ਫ੍ਰਾਂਸ ਜਾਂ ਕਿਸੇ ਹੋਰ ਦੇਸ਼ ਦਾ ਰਹਿਣ ਵਾਲਾ ਦਿੱਲੀ ਹੁੰਦਾ ਤਾਂ ਉਹਨਾਂ ਨਾਲ ਮੇਲਮਲਾਪ ਹੁੰਦਾ ਹਿੰਦੁਸਤਾਨ ਤੋਂ ਯੂਰਪ ਵੱਲ ਜਾਣ ਦੇ ਯਾਤਿਆਦ ਦੇ ਤਰੀਕੇ ਵੀ ਪਤਾ ਲੱਗਦੇ ਰਹਿੰਦੇ। ਉਨੇ ਹੀ ਦਿਨੀ ਵੀਲਰ ਨਾਂ ਦਾ ਇੱਕ ਅੰਗਰੇਜ਼ ਸੈਲਾਨੀ ਇੰਡੀਆ ਆਇਆ। ਇਸ ਨਾਲ ਮੇਰੀ ਦੋਸਤੀ ਹੋ ਗਈ। ਇੰਡੀਆ 'ਚ ਇਕੱਠੇ ਘੁੰਮਦੇ ਫਿਰਦੇ ਰਹੇ। ਗੱਲਾਂ ਹੀ ਗੱਲਾਂ 'ਚ ਅਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗੇ। ਯੋਜਨਾ ਇਹ ਬਣੀ ਕਿ ਆਪਣੇ ਵਰਗੇ ਕੁਝ ਲੋਕਾਂ ਨੂੰ ਇਕੱਠਾ ਕਰਕੇ ਲੰਡਨ ਤੋਂ ਇੰਡੀਆ ਤੇ ਫਿਰ ਇੰਡੀਆ ਤੋਂ ਵਾਪਸ ਲੰਡਨ ਆਪਣੀ ਵੈਨ ਜਾਂ ਛੋਟੀ ਬੱਸ ਦੁਆਰਾ ਯਾਤਰਾ ਕੀਤੀ ਜਾਵੇ। ਉਹਨੇ ਦਿਨੀ ਪੈਸੇ ਦੀ ਕਮੀ ਹਰ ਕਿਸੇ ਨੂੰ ਹੁੰਦੀ ਸੀ। ਫਿਰ ਵੀ ਵੀਲਰ ਨੇ ਇੰਗਲੈਂਡ ਜਾ ਕੇ ਆਪਣੇ ਵਰਗੇ ਕੁਝ ਹੋਰ ਮੁੰਡੇ ਕੁੜੀਆਂ ਇਕੱਠੇ ਕੀਤੇ ਅਤੇ ਸਾਰਿਆਂ ਨੇ ਪੈਸੇ ਮਿਲਾ ਕੇ ਇੱਕ ਵੈਨ ਖਰੀਦ ਲਈ। ਨਾਲ ਹੀ ਇਸ ਅਭਿਆਨ ਨੂੰ ਇੱਕ ਵੱਡਾ ਅਤੇ ਫੱਬਦਾ ਜਿਹਾ ਨਾਂ ਦੇ ਦਿੱਤਾ। ਇੰਡੋ-ਯੂਰੋਪੀਅਨ ਓਵਰਲੈਂਡ ਐਕਸਪੀਡੀਸ਼ਨ ਯੂਥ ਹੋਸਟਲ ਐਸੋਸੀਏਸ਼ਨ ਅਤੇ YMCA ਤੋਂ ਜਦ ਅਸਾਂ ਸਹਾਇਤਾ ਮੰਗੀ ਤਾਂ ਇਹਨਾਂ ਨੇ ਸਾਡੇ ਰਸਤੇ 'ਚ ਆ ਰਹੇ ਆਪਣੇ ਸਾਰੇ ਹੋਸਟਲਾਂ 'ਚ ਰਹਿਣਾ ਫ੍ਰੀ ਕਰ ਦਿੱਤਾ ਫਿਰ ਅਸੀਂ ਹੌਸਲਾ ਕਰਕੇ UNO ਨੂੰ ਇੱਕ ਖੱਤ ਦੁਆਰਾ ਲਿਖਿਆ ਕਿ ਸਾਡੇ ਇਸ ਅਭਿਆਨ 'ਚ ਉਹ ਵੀ ਕੁਝ ਸਹਾਇਤਾ ਕਰੇ ਸਾਡੀ ਖੁਸ਼ਕਿਸਮਤੀ ਇਹ ਕਿ ਉਸ ਵੇਲੇ ਯੂਨੋ ਯੂਰਪ ਅਤੇ ਚੀਨ ਨੂੰ ਸੜਕ ਰਾਹੀ ਮਿਲਾਉਣ ਦੀਆਂ ਯੋਜਨਾਵਾਂ ਬਣਾ ਰਹੀ ਸੀ। ਉਹਨਾਂ ਸਾਨੂੰ ਆਖਿਆ ਕਿ ਜੇ ਅਸੀਂ ਯੂਨੋ ਨੂੰ ਇਰਾਕ ਤੁਰਕੀ ਤੋਂ ਲੈ ਕੇ ਇੰਡੀਆ ਦੇ ਤੁਰਪੂਰਬ ਨਾਗਾਲੈਂਡ ਅਰੁਣਾਚਲ ਪ੍ਰਦੇਸ਼ ਤੱਕ ਦੀਆਂ ਕੱਚੀਆਂ ਪੱਕੀਆਂ ਸੜਕਾਂ ਦੀ ਸਥਿਤੀ ਬਾਰੇ ਪੂਰੀ ਰਿਪੋਰਟ ਲਿਖ ਕੇ ਦੇ ਸਕੀਏ ਤਾਂ ਉਹ ਸਾਨੂੰ ਇਹ ਸਾਰੇ ਅਭਿਆਨ ਲਈ ਫ੍ਰੀ ਪੈਟਰੋਲ ਮੁਹੱਈਆ ਕਰਵਾ ਦੇਣਗੇ। ਇਸ ਖਤ ਦੇ ਮਿਲਣ ਤੇ ਸਾਡੇ ਹੌਸਲੇ ਵਧ ਗਏ ਇੱਕ ਤਰ੍ਹਾਂ ਨਾਲ ਸਾਡੇ ਇਸ ਅਭਿਆਨ ਨੂੰ ਪਹਿਲਾਂ ਯੂਥ ਹੋਸਟਲ ਐਸੋਸੀਏਸ਼ਨ ਅਤੇ ਫਿਰ ਯੂਨੋ ਦੀ ਮਾਨਤਾ ਪ੍ਰਾਪਤ ਹੋ ਗਈ ਇਸ ਤੋਂ ਬਾਅਦ ਚਾਕਲੇਟ ਕਾਫੀ ਪਾਊਡਰ ਮਿਲਕ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਵਾਲੀਆਂ ਕੰਪਨੀਆਂ ਤੋਂ ਖਾਣ ਪੀਣ ਦਾ ਕਾਫੀ ਸਾਰਾ ਸਮਾਨ ਵੀ ਡੋਨੇਸ਼ਨ ਦੀ ਸ਼ਕਲ 'ਚ ਪ੍ਰਾਪਤ ਕਰ ਲਿਆ ਅਗਸਤ 1961 ਚ ਇੰਗਲੈਂਡ ਤੋਂ 5 ਜਣੇ ਸੜਕ ਰਾਹੀ ਇੰਡੀਆ ਆਏ ਅਤੇ ਇੱਥੇ ਆ ਕੇ ਸਾਰਾ ਦੇਸ਼ ਘੁੰਮਦੇ ਰਹੇ ਉਹਨਾਂ 'ਚੋਂ ਇੱਕ ਆਸਟ੍ਰੇਲੀਆ ਚਲਾ ਗਿਆ ਉਨੀ ਦੇਰ 'ਚ ਮੇਰਾ ਪਾਸਪੋਰਟ ਬਣ ਗਿਆ ਅਤੇ ਮੈਂ ਰਸਤੇ 'ਚ ਆਉਣ ਵਾਲੇ ਬਹੁਤ ਸਾਰੇ ਦੇਸ਼ਾਂ ਦੇ ਵੀਜ਼ੇ ਵੀ ਲੈ ਲਏ ਹੁਣ ਅਸੀਂ ਪਾਕਿਸਤਾਨ ਅਫਗਾਨਿਸਤਾਨ 'ਚੋਂ ਲੰਘ ਕੇ ਯੂਰਪ ਵੱਲ ਜਾਣਾ ਸੀ ਪਰ ਉਨੀ ਦਿਨੀ ਹਿੰਦੁਸਤਾਨ ਪਾਕਿਸਤਾਨ ਵਿਚਕਾਰਲੇ ਸੰਬੰਧ ਰਾਜਨੀਤਿਕ ਕਾਰਨਾ ਕਰਕੇ ਖਰਾਬ ਹੋ ਗਏ ਪਾਕਿਸਤਾਨ ਨੇ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਸਥਿਤੀ ਇਹ ਸੀ ਕਿ ਜਾਂ ਤੇ ਉਹ ਮੈਨੂੰ ਛੱਡ ਕੇ ਚਲੇ ਜਾਂਦੇ ਜਾਂ ਮੈਂ ਹਵਾਈ ਜਹਾਜ਼ ਰਾਹੀਂ ਕਾਬੁਲ ਪਹੁੰਚਦਾ ਅਤੇ ਉਹਨਾਂ ਨੂੰ ਉੱਥੇ ਜਾ ਕੇ ਮਿਲਦਾ। ਪਰ ਕਿਉਂਕਿ ਉਹ ਪਾਕਿਸਤਾਨ ਅਫਗਾਨਿਸਤਾਨ ਚੋਂ ਲੰਘ ਕੇ ਹੀ ਆਏ ਸਨ ਇਸ ਲਈ ਤੀਜਾ ਰਸਤਾ ਇਹ ਚੁਣਿਆ ਕਿ ਅਸੀਂ ਆਪਣੀ ਵੈਨ ਨੂੰ ਬੰਬਈ ਤੋਂ ਪਾਣੀ ਦੇ ਜਹਾਜ਼ 'ਚ ਰੱਖ ਕੇ ਇਰਾਕ ਦੀ ਬੰਦਰਗਾਹ ਬਸਰਾ 'ਚ ਪਹੁੰਚ ਜਾਈਏ। ਇਸ ਤੋਂ ਅੱਗੇ ਬਸਰਾ ਤੋਂ ਲੰਡਨ ਤੱਕ ਦਾ ਰਸਤਾ ਆਪਣੀ ਵੈਂਚ ਤੈਅ ਕਰੀਏ ਸ਼ੁਰੂ ਚ ਅਸੀਂ ਦੋ ਜਣੇ ਇੰਡੀਆ ਤੋਂ ਇਹਨਾਂ ਦੇ ਨਾਲ ਜਾਣ ਲਈ ਤਿਆਰ ਹੋਏ ਸਾਂ ਦੂਜਾ ਰਘੁਮਣੀ ਨਾਂ ਦਾ ਬੰਗਾਲੀ ਸੀ ਜੋ ਸਾਡੀ ਇਸ ਯੋਜਨਾ ਨੂੰ ਸਿਰੇ ਚੜਾਉਣ ਚ ਹਿੱਸੇਦਾਰ ਰਿਹਾ ਸੀ ਪਰ ਹੁਣ ਉਸ ਨੂੰ ਬੀਓਏਸੀ ਹਵਾਈ ਜਹਾਜ਼ ਦੀ ਕੰਪਨੀ ਚ ਇੱਕ ਚੰਗੀ ਨੌਕਰੀ ਮਿਲ ਗਈ ਸੀ ਇਥੋਂ ਉਸ ਨੂੰ ਇੰਨੀ ਲੰਮੀ ਛੁੱਟੀ ਨਹੀਂ ਸੀ ਮਿਲ ਸਕਦੀ ਪਰ ਨਾਮ ਇਹ ਕਿ ਹੁਣ ਅਸੀਂ ਪੰਜ ਜਣੇ ਹੀ ਰਹਿ ਗਏ ਸਾਂ ਇਹਨਾਂ ਚਾਰ ਅੰਗਰੇਜ਼ਾਂ ਚੋਂ ਦੋ ਆਦਮੀ ਸਨ ਅਤੇ ਦੋ ਔਰਤਾਂ ਪੂਰਵ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਉਹ ਚਾਰੇ ਬੰਬਈ ਪਹੁੰਚ ਚੁੱਕੇ ਸਨ ਮੈਂ ਇਕੱਲਾ ਦਿੱਲੀ ਤੋਂ ਫਰੰਟੀਅਰ ਮੇਲ 'ਚ ਬੈਠ ਕੇ ਬੰਬਈ ਪਹੁੰਚਦਾ ਅਤੇ ਉਸੇ ਪੁਰਾਣੇ ਸ਼ੇਰੇ ਪੰਜਾਬ ਹੋਟਲ 'ਚ ਠਹਿਰਦਾ ਹਾਂ ਜਿੱਥੇ ਮੈਂ ਇਸ ਤੋਂ 8-10 ਬਰੇ ਪਹਿਲਾਂ ਸਰਜੇਜੇ ਸਕੂਲ ਆਫ ਆਰਟ 'ਚ ਪੜ੍ਹਾਈ ਇਮਤਿਹਾਨਾ ਵੇਲੇ ਠਹਿਰਿਆ ਕਰਦਾ ਸਾਂ ਦੂਜੇ ਦਿਨ ਸਾਡੀ ਇਸ ਟੀਮ ਦਾ ਲੀਡਰ ਟੋਨੀ ਵੀਲਰ ਮੈਨੂੰ ਆਕੇ ਮਕੈਂਜੀ ਮਕੈਂਜੀ ਐਂਡ ਕੰਪਨੀ ਦੇ ਦਫਤਰ ਲੈ ਗਿਆ ਜਿੱਥੋਂ ਮੈਂ ਜਹਾਜ਼ ਦੀ ਟਿਕਟ ਖਰੀਦਣੀ ਸੀ। ਉਹਨਾਂ ਵੇਲੇਾਂ 'ਚ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਬਹੁਤ ਔਕੜਾਂ ਅਤੇ ਬੰਦਸ਼ਾਂ ਹੋਇਆ ਕਰਦੀਆਂ ਸਨ। ਹਵਾਈ ਜਹਾਜ਼ ਦੀ ਟਿਕਟ ਲੈਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਦੀ ਮਨਜ਼ੂਰੀ ਲੈਣੀ ਪੈਂਦੀ ਸੀ ਜੋ ਕਿ ਤਕਰੀਬਨ ਅਸੰਭਵ ਹੁੰਦੀ ਸੀ। ਦੂਜਾ ਤਰੀਕਾ ਇਹ ਸੀ ਕਿ ਕੋਈ ਦੋਸਤ ਰਿਸ਼ਤੇਦਾਰ ਤੁਹਾਨੂੰ ਬਾਹਰੋਂ ਹਵਾਈ ਜਹਾਜ਼ ਦੀ ਟਿਕਟ ਪੇਜਦੇਵੇ ਮਕੈਂਜ਼ੀ ਮਕੈਂਜ਼ੀ ਦੇ ਟਿਕਟ 카ਰ ਦੇ ਸਾਹਮਣੇ ਮੈਨੂੰ ਛੱਡ ਕੇ ਵੀਲਰ ਕਿਤੇ ਆਪਣੇ ਕੰਮ ਚਲਾ ਗਿਆ ਮੈਂ ਵੇਖਿਆ ਕਿ ਇੱਥੇ ਰੇਲਵੇ ਟਿਕਟ 카ਰ ਵਾਂਗ ਬਹੁਤ ਲੰਮੀ ਲਾਈਨ ਲੱਗੀ ਹੋਈ ਸੀ ਅਤੇ ਇਸ ਜਹਾਜ਼ ਦੀ ਟਿਕਟ ਲੈਣ ਲਈ ਨਾ ਕੋਈ ਪੁੱਛਗਿੱਛ ਹੁੰਦੀ ਸੀ ਅਤੇ ਨਾ ਹੀ ਕਿਸੇ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ ਮਨ ਹੀ ਮਨ ਖੁਸ਼ ਹੁੰਦਿਆਂ ਮੈਂ ਲਾਈਨ 'ਚ ਖੜਾ ਹੋ ਗਿਆ ਪਰ ਜਦ ਮੇਰੀ ਵਾਰੀ ਆਈ ਤਾਂ ਵੇਖਿਆ ਕਿ ਮੇਰੀ ਜੇਬ ਚ ਸਿਰਫ 2 ਕੁ ਸੌ ਰੁਪਏ ਸਨ ਜਦ ਕਿ ਟਿਕਟ 256 ਰੁਪਏ ਦੀ ਸੀ ਮੇਰੇ ਹਿਸਾਬ ਨਾਲ ਮੇਰੇ ਕੋਲ ਘੱਟ ਤੋਂ ਘੱਟ 450 ਰੁਪਏ ਹੋਣੇ ਚਾਹੀਦੇ ਸਨ ਮੈਂ ਉੱਥੋਂ ਨਿਕਲ ਕੇ ਨਸਿਆ ਨਸਿਆ ਆਪਣੇ ਹੋਟਲ ਦੇ ਕਮਰੇ ਚ ਗਿਆ ਬਾਕੀ ਪੈਸੇ ਲੱਭਣ ਲਈ ਸਾਰਾ ਅਸਮਾਨ ਫੋਲ ਮਾਰਿਆ ਪਰ 200 ਰੁਪਏ ਕਿਤੇ ਨਾ ਮਿਲੇ ਫਿਰ ਮੈਨੂੰ ਯਾਦ ਆਇਆ ਕਿ ਸਰਜੇਜੇ ਸਕੂਲ ਆਫ ਆਰਟ ਚ ਪੜਾਈ ਸਮੇਂ ਦਾ ਬਣਿਆ ਮੇਰਾ ਇੱਕ ਦੋਸਤ ਬੰਬਈ ਚ ਰਹਿੰਦਾ ਹੈ ਅਤੇ ਕਿਸੇ ਪ੍ਰੈਸ ਚ ਇੱਕ ਆਰਟਿਸਟ ਦੇ ਤੌਰ ਤੇ ਕੰਮ ਕਰਦਾ ਹੈ। ਉਸ ਦੇ ਪ੍ਰਿੰਟਿੰਗ ਪ੍ਰੈਸ ਦਾ ਨਾਮ ਮੈਨੂੰ ਯਾਦ ਆ ਗਿਆ। ਮੇਰੀ ਖੁਸ਼ਕਿਸਮਤੀ ਐਸੀ ਕਿ ਉਸ ਦਾ ਪ੍ਰਿੰਟਿੰਗ ਪ੍ਰੈਸ ਜਹਾਜ਼ ਦੇ ਟਿਕਟ ਕਰਦੇ ਬਹੁਤ ਨੇੜੇ ਹੀ ਸੀ। ਉਸ ਦੇ ਪ੍ਰੈਸ ਵੱਲ ਛੇਤੀ ਛੇਤੀ ਪੈਰ ਚੁੱਕਦਿਆਂ ਪਰਮਾਤਮਾ ਅੱਗੇ ਪ੍ਰਾਰਥਨਾ ਕਰ ਰਿਹਾ ਸੀ ਕਿ ਉਹ ਹੋਵੇ ਸਹੀ ਆਪਣੀ ਸੀਟ ਤੇ। ਉਹ ਆਪਣੀ ਸੀਟ ਤੇ ਬੈਠਾ ਸੀ। ਮੈਂ ਉਸ ਨੂੰ ਆਪਣੀ ਮੁਸ਼ਕਲ ਜਾ ਕੇ ਦੱਸੀ। ਉਹਨਾਂ ਸਮਿਆਂ ਦੇ 300 ਰੁਪਏ ਜੋ ਮੈਂ ਉਸ ਤੋਂ ਉਧਾਰੇ ਮੰਗੇ ਬਹੁਤ ਵੱਡੀ ਰਕਮ ਹੁੰਦੀ ਸੀ। ਅੱਜ ਦੇ 20-30 ਹਜ਼ਾਰ ਦੇ ਬਰਾਬਰ। ਮੇਰੇ ਦੋਸਤ ਜਤਿੰਦਰਨਾਥ ਦੀ ਜੇਬ 'ਚ ਮਸਾਂ 50 ਰੁਪਏ ਸਨ। ਮੈਂ ਉਹ ਦੁਬਿਧਾ 'ਚ ਅਤੇ ਮੁੜ ਕੇ 'ਚ ਭਿੱਜਿਆ ਛੱਡ ਕੇ ਉਹ ਖਜ਼ਾਨਚੀ ਦੇ ਕਮਰੇ 'ਚ ਗਿਆ ਅਤੇ ਕੁਝ ਦੇਰ ਬਾਅਦ ਆ ਕੇ 450 ਰੁਪਏ ਮੇਰੇ ਹੱਥ ਵਿੱਚ ਫੜਾ ਦਿੱਤੇ। 150 ਰੁਪਏ ਵਾਦੂ ਜੀ ਕੀਤਾ ਕਿ ਮੈਂ ਉਸ ਦਾ ਹੱਥ ਚੁੰਮ ਲਵਾਂ ਉਹ ਮੇਰਾ ਦੋਸਤ ਤਾਂ ਪਹਿਲਾਂ ਵੀ ਸੀ ਪਰ ਇਸ ਘਟਨਾ ਤੋਂ ਬਾਅਦ ਇਹ ਦੋਸਤੀ ਹੋਰ ਵੀ ਗੂੜੀ ਹੋ ਗਈ ਹੁਣ ਮੈਂ ਇਹ ਕੁਝ ਲਿਖਦਿਆਂ ਆਪਣੀ ਪੁਰਾਣੀ ਡਾਇਰੀ ਚ ਪੜ ਰਿਹਾ ਹਾਂ ਜਿਸ ਚ ਮੈਂ ਉੱਪਰ ਲਿਖਤ ਘਟਨਾ ਦੇ ਨਾਲ ਨਾਲ ਉਸ ਦਾ ਕਿਸੇ ਮਦਰਾਸੀ ਕੁੜੀ ਨਾਲ ਪਿਆਰ ਅਤੇ ਉਸ ਤੋਂ ਬਾਅਦ ਵਿਆਹ ਦਾ ਜ਼ਿਕਰ ਵਿਸਤਾਰ ਨਾਲ ਕੀਤਾ ਹੋਇਆ ਹੈ ਟਿਕਟ ਖਰੀਦਣਾ ਆਸਾਨ ਸੀ ਪਰੇਸ ਤੋਂ ਬਾਅਦ ਮੈਡੀਕਲ ਚੈੱਕਅਪ ਲਈ ਬਹੁਤ ਵੱਡੀ ਲਾਈਨ ਲੱਗੀ ਹੋਈ ਸੀ ਮੈਡੀਕਲ ਚੈੱਕਅਪ ਤੋਂ ਬਾਅਦ ਕਸਟਮ ਆਦਿਆਂ ਰਸਮੀ ਕਾਰਵਾਈਆਂ ਨੇ ਬਹੁਤਾ ਸਮਾਂ ਨਹੀਂ ਲਿਆ ਇੱਥੇ ਜਤਿੰਦਰਨਾਥ ਦੇ ਦਿੱਤੇ ਕੁਝ ਫालतੂ ਰੁਪਏ ਕਮ ਆਏ 91 ਰੁਪਇਆ ਦੇ ਬਰਾਬਰ ਹਰ ਮੁਸਾਫਰ ਨੂੰ ਲਾਲ ਕਰੰਸੀ ਮਿਲ ਰਹੀ ਸੀ ਜਿਸ ਨੂੰ ਫਾਰਸ ਦੀ ਖਾੜੀ ਦੀ ਕਰੰਸੀ ਪਰਸ਼ੀਅਨ ਗਲਫ ਕਰੰਸੀ ਕਿਹਾ ਜਾਂਦਾ ਸੀ ਇਹ ਕਰੰਸੀ 13 ਪੌਂਡ ਦੇ ਬਰਾਬਰ ਸੀ ਇਹ ਪੌਂਡ ਵਾਂਗੀ ਹਰ ਕਿਤੇ ਚਲਦੀ ਸੀ। ਇਹ ਸੀ ਕਾਂਢ ਇੱਕ